ਸਜਾਦ ਇਮਾਮ ਸਲਾਤੋ ਸਲਾਮ ਨੂੰ ਸ਼ਾਮ ਖਾ ਗਈ ਹੈ। ਕੋਈ ਬੜਾ ਹੀ ਖਜੂਰ ਪੁੱਤਰ ਆਈ ਹੁਸੈਨ ਦਾ ਸਜਾਦ, ਐ ਕਰਕੇ ਰੋਣ ਆਇਆ। ਪਹਿਲੇ ਦਿਨ ਬਿਗੈਰਤ ਨੇ ਬੁਲਾਇਆ, ਆਂਦੇ ਨੇ ਇਹਨੂੰ ਇਤਨਾ ਮਾਰੋ ਇਹਦੀਆਂ ਬਹਿਣਾ ਵੇਦੀਆਂ ਰਹਿਣ। ਹਾਏ ਕਰਕੇ ਰੋਣ ਆਇਆ, ਸਾਰਿਆਂ ਦੇ ਸਿਰ ਦਾ ਕੁਰਸਾ ਦੇਣਾ, ਇਹਨੂੰ ਇਤਨਾ ਮਾਰੋ ਇਹਦੀਆਂ ਦੀਆਂ ਵੇਦੀਆਂ ਰਹਿਣ। ਇਸ ਕੈਦੀ ਨੇ ਮੇਰੇ ਖੁਤਬੇ ਤੇ ਮਿਹਨਤ ਤੇ ਪਾਣੀ ਫੇਰ ਦਿੱਤਾ ਏ, ਇਹਨੂੰ ਇਤਨਾ ਮਾਰੋ ਇਹਦੀਆਂ ਫੁੱਫੀਆਂ ਵੇਦੀਆਂ ਰਹਿਣ, ਇਹਨੂੰ ਇਤਨਾ ਮਾਰੋ ਇਹਦੀਆਂ ਮਾਵਾਂ ਵੇਖਦੀਆਂ ਰਹਿਣ। ਨੇਜ਼ੇ ਜਾ ਕੇ ਉਸ ਜਾ ਕੇ ਵਲ ਸੈਦ ਸਾਜਦੀਨ ਮਾਰੇ, ਜਦਾ ਮਾਰੇ ਨਾਲੇ ਨੇ ਕੇ ਵੇਖਿਆ ਕੈਦੀ ਦਾ ਸਰ ਸਜਦੇ ਵਿੱਚ, 1600 ਸਫਰਾਂ ਮੀਲ ਦਾ ਥੱਕਿਆ ਹੋਇਆ ਏ। ਹਾਏ ਕਰਕੇ ਰੋਣ ਆਲਿਆ ਇਮਾਮ ਸਜਾਦ ਅਲੈ ਸਲਾਤੋ ਸਲਾਮ ਜ਼ਿੰਦਾਨ ਚ ਤਸਵੀ ਇੰਜ ਪੜਦੇ ਨੇ ਕਿ ਜ਼ਿੰਦਾਨ ਦੇ ਪੱਥਰ ਵੀ ਇਮਾਮ ਸਜਾਦ ਅਲੈ ਸਲਾਤੋ ਸਲਾਮ ਤਸਵੀ ਪੜਨ ਲੱਗ ਪੈਂਦੇ ਆਏ। ਇਬਾਦਤ ਵਧੀ ਨੇਜ਼ੇ ਕਣ ਪਿੱਛੇ ਰਕਾ ਲੇ, ਇਬਾਦਤ ਹੋਰ ਵਧੀ ਨੇਜ਼ੇ ਤਾਜ਼ੀਆਨੇ ਕਣ ਪਿੱਛੇ ਛੁਪਾ ਲੇ, ਇਬਾਦਤ ਮੁਕਦਿਆਂ ਤਾਈ ਨੇਜ਼ੇ ਤਾਜ਼ੀਆਨੇ ਡਹਿ ਪਏ। ਜਦਾ ਸਜਾਦ ਨੇ ਸਿਰ ਚੁੱਕਿਆ ਨਾ ਸਜਦੇ ਵਿੱਚ ਤੇ ਲੋਕ ਨੇ ਹੱਥ ਲੱਪ ਲਿਆ, ਹਾਏ ਕਰਕੇ ਰੋਣ ਲਿਆ। ਨੇ ਇੱਡਾ ਮਜ਼ਲੂਮ ਕੈਦੀ, ਇੱਡਾ ਬਾ ਆਜ਼ਾਦ ਕੈਦੀ ਕਿ ਤੂੰ ਤਸਬੀਹ ਇੰਜ ਪੜਨਾ ਏ ਕਿ ਜ਼ਿੰਦਾਨ ਦੇ ਤਸਬੀਹ ਵੀ ਪੱਥਰ ਪੜਨ ਲੱਗ ਪੈਂਦੇ ਆਏ। ਹਾਏ ਕਰਕੇ ਰੋਣ ਵਾਲਾ ਫਿਰ ਉਹ ਲਾਂਤੀ ਕਿਉਂ ਆਉਂਦਾ ਏ, ਇਹਨੂੰ ਇਤਨਾ ਮਾਰੋ ਇਹਦੀਆਂ ਮਾਵਾਂ ਵੇਦੀਆਂ ਰਹਿਣ, ਸਿਰ ਤੇ ਮਾਤਾ ਮੈਨੂੰ ਇਤਨਾ ਮਾਰੋ ਇਹਦੀਆਂ ਦੀਆਂ ਵੇਦੀਆਂ ਰਹਿਣ। ਦੱਸ ਤਾਂ ਸਹੀ ਕੈਦੀ ਤੇਰਾ ਜੁਰਮ ਕੀ ਏ, ਰੋ ਕੇ ਆਉਂਦਾ ਏ, ਸਾਡਾ ਜੁਰਮ ਏ ਸਾਡੀ ਮਾਂ ਦਾ ਨਾਂ ਜ਼ਹਰਾ ਏ, ਸਾਡਾ ਜੁਰਮ ਏ ਸਾਡੀ ਮਾਂ ਦਾ ਨਾਂ ਜ਼ਹਰਾ ਏ। ਵੇਖਿਆ ਜੀ ਉਹ 23ਵੀਂ ਮੁਹਰਮ ਆਈ ਜਿਹੜੀ ਮਦੀਨੇ ਵੱਲ ਜ਼ਹਿਰ ਪਹੁੰਚ ਗਈ ਆਈ। ਹਾਏ ਕਰਕੇ ਰੋਣ ਵਾਲਿਆ ਜਦੀਦ ਹੱਸ ਹੱਸ ਕੇ ਆਉਂਦੇ ਨੇ, ਜੇ ਕੈਦੀ ਕਿਧਰੇ ਟੁਰ ਗਿਆ ਹੋਵੇ ਸਜਾਦ ਮੂੰਹ ਤੇ ਪਿੱਟ ਕੇ ਆਉਂਦਾ ਏ, ਉਹ ਬਗੈਰ ਤਾਂ ਮੈਂ ਕਿੱਥੇ ਜਾਣਾ ਏ, ਜਿਹਦੀ ਜ਼ੈਨਬ ਜਈ ਮਾਂ ਕਹਿ ਦੇ। ਵੇਖਿਆ ਨੀ ਉਹ 14 ਸਾਲਾਂ ਦੀ ਬੈਣ ਦੀ ਮੂੰਹ ਤੇ ਦਰਦੀ ਆ ਗਈ ਏ। ਲੋਕ ਆਂਦੇ ਨੇ ਸਜਾ ਤੇਰੇ ਪੁੱਤਰ ਦਾ ਮੁੱਲ ਪੈ ਗਿਆ ਈ, ਸਯਾਦਾ ਦੇ ਬਾਬਾ ਆ
ਮਾਲਕ ਮਜ਼ੀਦ ਬਖਤ ਬੁਲੰਦ ਫਰਮਾਏ। ਇੱਕ ਐਲਾਨ ਸਮਾਤ ਫਰਮਾਓ ਜੀ, 18 ਸਫ਼ਰ ਬਾ ਮੁਕਾਮ ਚਾਕਾ ਵਾਲੀ ਮਲਸੇ ਸਾਹਿਬ ਮੁਨੱਕਦ ਹੋਵੇਗੀ, ਜਿਸ ਪੜ੍ਹਨ ਵਾਲੇ ਨੇ ਅਲਾਮਾ ਅਜ਼ਹਰ ਹੁਸੈਨ ਹੈਦਰੀ ਸਾਹਿਬ। ਆਪ ਗੁਜਰਾਂ ਵਾਲਾ ਇਹਨਾਂ ਠੀਕ 12 ਵਜੇ ਪੜ੍ਹਨਾ ਚਾਹੀਦਾ। ਜ਼ਾਕਰ ਲਬੈਦ ਸੈਦ ਮਹਮੂਦ ਹਸਨ ਸ਼ਾਹ ਸਾਹਿਬ, ਜ਼ਾਕਰ ਲਬੈਦ ਸੈਦ ਸਕਲੈਨ ਅਦਰ ਸ਼ਾਹ ਸਾਹਿਬ, ਔਰ ਜ਼ਾਕਰ ਸੈਦ ਜਨਾਬ ਮੁਸ਼ਤਾਕ ਹੁਸੈਨ ਮਾਸ਼ਕੀ ਸਾਹਿਬ। ਇਹ 18 ਸਫ਼ਰ ਬਾ ਮੁਕਾਮ ਚਾਕਾ ਵਾਲੀ ਮਲਸੇ ਸਾਹਿਬ ਮੁਨੱਕਦ ਹੋਵੇਗੀ। 5 ਸਫ਼ਰ ਕੀਰਾਂ ਵਾਲੇ ਮਲਸੇ ਸਾਹਿਬ ਮੁਨੱਕਦ ਹੋਵੇਗੀ, ਜਿਸ ਪੜ੍ਹਨ ਵਾਲੇ ਨੇ ਅਲਾਮਾ ਯਾਸਿਨ ਕਾਦਰੀ ਸਾਹਿਬ। ਇਹਨਾਂ ਦਾ ਟਾਈਮ ਜੇ 1 to 2, ਔਰ ਜ਼ਾਕਰ ਲਬੈਦ ਸਕਲੈਨ ਅਦਰ ਸਾਹਿਬ ਜ਼ਿਕਰ ਮੁਹੰਮਦ ਵਾਲੇ ਮੁਹੰਮਦ ਬਿਆਨ ਫਰਮਾਉਣਗੇ। ਇੱਕ ਹੋਰ ਲਾਂਚ ਮਾਤ ਫਰਮਾਓ, 23 ਸਫ਼ਰ ਰੂਪੋਵਾਲ ਮਲਸੇ ਸਾਹਿਬ ਮੁਨੱਕਦ ਹੋਵੇਗੀ, ਜਿਸ ਪੜ੍ਹਨ ਵਾਲੇ ਨੇ ਅਲਾਮਾ ਅਲੀ ਨਾਸਰ ਅਲ ਹੁਸੈਨ ਤਲਾਣਾ। ਇਹ 11 to 12 ਦਾ ਟਾਈਮ ਜੇ, ਔਰ ਜ਼ਾਕਰ ਲਬੈਦ ਇਕਬਾਲ ਹੁਸੈਨ ਸ਼ਾਹ ਪੁਜਾੜ ਵਾਲਾ, ਇਹ 2 to 3 ਪੜ੍ਹ ਕੇ, ਇਹਨਾਂ ਤੋਂ ਇਲਾਵਾ ਹੋਰ ਵੀ ਕਾਫੀ ਪੜ੍ਹਨ ਵਾਲੇ ਨੇ। ਇਹ 23 ਸਫ਼ਰ ਰੂਪੋਵਾਲ। ਇਸ ਤੋਂ ਇਲਾਵਾ 14 ਸਫ਼ਰ ਮੁਰਾੜੀਆਂ ਸਹੀਦਾਂ ਇਮਾਮ ਬਾਰਗਾਹ ਮਰਕਜ਼ੀ ਇਮਾਮ ਬਾਰਗਾਹ ਮਲਸੇ ਸਾਹਿਬ ਮੁਨੱਕਦ ਹੋਵੇਗੀ, ਜਿਸ ਪੜ੍ਹਨ ਵਾਲੇ ਨੇ ਬਹਿਰੁਲ ਮਸਾਹਿਬ ਜਨਾਬ ਜ਼ਾਕਰ ਵਸੀਮ ਅਬਾਸ ਬਲੋਰ ਸਾਹਿਬ, ਜ਼ਿਕਰ ਮੁਹੰਮਦ ਵਾਲੇ ਮੁਹੰਮਦ ਬਿਆਨ ਫਰਮਾਣਗੇ। ਜ਼ਾਕਰ ਲਬੈਦ ਜਨਾਬ ਸਕਲੈਨ ਗੱਲੂ ਸਾਹਿਬ, ਜ਼ਿਕਰ ਮੁਹੰਮਦ ਵਾਲੇ ਮੁਹੰਮਦ ਬਿਆਨ ਫਰਮਾਣਗੇ। ਅਲਾਮਾ ਅਲੀ ਹਸਨੈਨ ਨਜ਼ਫੀ ਸਾਹਿਬ, ਔਰ ਇਹਨਾਂ ਤੋਂ ਇਲਾਵਾ ਅਲਾਮਾ ਕਾਫੀ ਪੜ੍ਹਨ ਵਾਲੇ ਨੇ, ਉਲਮਾ ਜ਼ਾਕਰੀਨ ਪੜ੍ਹਨ ਵਾਲੇ ਨੇ। ਇਹ ਜੀ 14 ਸਫ਼ਰ ਬਾ ਮੁਕਾਮ ਮੁਰਾੜੀਆਂ ਸਹੀਦਾਂ ਮਲਸੇ ਸਾਹਿਬ ਮੁਨੱਕਦ ਹੋਵੇਗੀ। 21 ਸਫ਼ਰ ਵੀ ਮੁਰਾੜੀਆਂ ਵਿੱਚ ਮਲਸੇ ਸਾਹਿਬ ਮੁਨੱਕਦ ਹੋਵੇਗੀ, ਜਿਸ ਪੜ੍ਹਨ ਵਾਲੇ ਨੇ ਜ਼ਾਕਰ ਲਬੈਦ ਅਕੀਲ ਅਬਾਸ ਹੈਦਰੀ ਸਾਹਿਬ, ਜ਼ਾਕਰ ਲਬੈਦ ਗੁਲਾਮ ਅਬਾਸ ਸਤਵੀ ਸਾਹਿਬ, ਔਰ ਜ਼ਾਕਰ ਅਲਤਾਫ ਹੁਸੈਨ ਮੈਕਸੀ। ਇਹ ਜੀ 21 ਸਫ਼ਰ ਮੁਰਾੜੀਆਂ ਸਹੀਦਾਂ ਮਲਸੇ ਸਾਹਿਬ ਮੁਨੱਕਦ ਹੋਵੇਗੀ।